ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਬਾਈ ਜੀ? ਅਤੇ ਲਾਈਵ ਸ਼ੁਰੂ ਕੀਤਾ, ਜਿਹੜਾ ਵੀ ਵੀਰ ਦੇਖੂਗਾ ਅਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਕੁਝ ਕੁ ਗੱਲਾਂ ਦਿਲ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀ ਕਰਨੀਆਂ ਨਾ। ਅਤੇ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਬਾਈ, ਮਾਹੌਲ ਆ ਜਿਹੜਾ ਬਹੁਤ ਡਰਾਵਣਾ ਹੋਇਆ ਪਿਆ, ਬਿਮਾਰੀ ਆ ਜਿਹੜੀ ਦਿਨੋਂ ਦਿਨ ਕੇਸ ਪਲੱਸ ਹੋਈ ਜਾਂਦੇ ਆ। ਅਤੇ ਇਹਦੀ ਵਾਰ ਵਾਰ ਆਪਾਂ ਇਹੀ ਬੇਨਤੀ ਕਰਦੇ ਹਾਂ, ਇਹਦੀ ਜੰਗ ਆ ਜਿਹੜੀ ਆਪਾਂ ਘਰੇ ਰਹਿ ਕੇ ਜਿੱਤ ਸਕਦੇ ਹਾਂ ਨਾ, ਤਾਂ ਘਰੇ ਰਹੋ ਫਿਰ ਹੀ ਆਪਾਂ ਸੇਫ ਹਾਂ। ਅਤੇ ਜੇ ਐਵੇਂ ਬਾਹਰ ਘੁੰਮਣਾ ਫਿਰਨਾ ਤਾਂ ਆਪਣਾ ਹੀ ਨੁਕਸਾਨ ਆ ਉਹਦੇ ਵਿੱਚ। ਅੱਜ ਸ਼ਾਇਦ ਮਾਨਸਾ ਦੇ ਵੀ ਕੁਛ ਕੇਸ ਆ ਜਿਹੜੇ ਪੋਜ਼ਿਟਿਵ ਆ ਗਏ ਸੀਗੇ। ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਵੀ ਸੇਵਾ ਕਰ ਰਹੇ ਆ ਵੀਰਾਂ, ਚਾਹੇ ਉਹ ਡਾਕਟਰ ਆ, ਪੁਲਿਸ ਮੁਲਾਜ਼ਮ ਆ, ਸਫਾਈ ਕਰਮਚਾਰੀ ਆ, ਅਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ, ਜਾਂ ਜੋ ਵੀ ਕੋਈ ਵੀ ਸੇਵਾ ਕਰ ਰਿਹਾ ਨਾ ਕਿਸੇ ਭੁੱਖੇ ਨੂੰ, ਮਜ਼ਬੂਰ ਨੂੰ, ਗਰੀਬ ਨੂੰ, ਹੈ ਨਾ, ਲੰਗਰ ਦੀ ਸੇਵਾ ਜਾਂ ਜੋ ਵੀ ਕਰਦੇ ਆ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੋ ਤਿੰਨ ਗੱਲਾਂ ਕਰਨੀਆਂ ਸੀ ਬਾਈ। ਇੱਕ ਤਾਂ ਪਹਿਲਾਂ ਤਾਂ ਜਿਹੜੇ ਕਿਸਾਨ ਨੂੰ ਸਾਰਾ ਦਿਨ ਮਾੜਾ ਕਹਿੰਦੇ ਆ ਨਾ, ਵੀ ਕਿਸਾਨ ਕੀ ਆ ਯਾਰ, ਕਿਸਾਨ ਜੇ ਵੋ, ਕੋਈ ਕਹਿੰਦਾ ਫੁਕਰੇ ਆ, ਕੋਈ ਕਹਿੰਦੇ ਆ ਇਹ ਯਾਰ ਕਰਜ਼ਾ ਚੱਕਦੇ ਆ, ਕੋਈ ਹੋਰ ਚੱਕਦੇ। ਪਹਿਲੀ ਗੱਲ ਤਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਵੀ ਕਰਜ਼ਾ ਚੱਕਣਾ ਕਿਸੇ ਦਾ ਦਿਲ ਨਹੀਂ ਕਰਦਾ ਕਰਜ਼ਾ ਚੱਕਣ ਨੂੰ, ਜੇ ਕਿਸੇ ਕੋਲ ਕੁਛ ਹੈ ਨਹੀਂ ਤਾਂ ਹੀ ਉਹ ਕਰਜ਼ਾ ਚੱਕਦੇ ਆ। ਅਤੇ ਅੱਜ ਇਸ ਮਾਹੌਲ ਦੇ ਵਿੱਚ ਸਭ ਨੂੰ ਪਤਾ ਲੱਗ ਗਿਆ ਹੋਣਾ ਵੀ ਹਰ ਇੱਕ ਚੀਜ਼ ਬਿਨਾਂ ਸਰ ਸਕਦਾ, ਸਾਨੂੰ ਬ੍ਰਾਂਡ ਬਿਨਾਂ ਵੀ ਸਰ ਸਕਦਾ, ਸਾਨੂੰ ਗੱਡੀਆਂ ਬਿਨਾਂ ਵੀ ਸਰ ਸਕਦਾ ਨਾ, ਸਰਦਾ ਗਾ ਹੁਣ। ਅਤੇ ਪਰ ਕਿਸਾਨ ਦੇ ਪੈਦਾ ਕੀਤੇ ਅੰਨ ਬਿਨਾਂ ਕਿਸੇ ਨੂੰ ਨਹੀਂ ਸਰਦਾ। ਅੱਜ ਹਰ ਇੱਕ ਦਾ ਢਿੱਡ ਇਸ ਚੀਜ਼ ਨੂੰ ਭਾਲਦਾ, ਰੋਟੀ ਨੂੰ ਭਾਲਦਾ ਨਾ, ਉਹਦੇ ਕੋਲ ਕੁਛ ਅੱਜ ਮਨ ਸੱਤ ਪਕਵਾਨ ਵਾਲਾ ਕੰਮ ਵੀ ਹੈ ਨਹੀਂ ਗਾ, ਕਿਸੇ ਨੇ ਵੀ ਜਾ ਕੇ ਉਹ ਖਾ ਲਿਆ ਉਹ ਖਾ ਲਿਆ, ਚਲੋ ਉਹ ਵੀ ਕਿਸਾਨ ਦੇ ਪੈਦਾ ਕੀਤੇ ਅੰਨ ਤੋਂ ਹੀ ਬਣਦਾ, ਪਰ ਇੱਕ ਸਿੰਪਲ ਰੋਟੀ ਸਭ ਨੂੰ ਚਾਹੀਦੀ ਅੱਜ ਹਰੇਕ ਨੇ ਢਿੱਡ ਭਰਨ ਵਾਸਤੇ। ਅਤੇ ਬਾਕੀ ਬਈ ਜਿਹੜੇ ਕਹਿੰਦੇ ਪੋਲਿਊਸ਼ਨ, ਕਿਸਾਨ ਆ ਜਿਹੜਾ ਉਹੀ ਪ੍ਰਦੂਸ਼ਣ ਫੈਲਾਉਂਦਾ, ਧੂੰਆਂ ਕਰਦਾ, ਫਸਲਾਂ 'ਚ ਜ਼ਹਿਰ ਘੋਲ ਦਿੰਦਾ, ਤਾਂ ਉਹ ਦੱਸਦੇ ਆ ਬਈ ਕਿਸਾਨ ਕਦੇ ਵੀ ਫਸਲਾਂ ਦੇ ਵਿੱਚ ਜ਼ਹਿਰ ਨਹੀਂ ਘੋਲਦਾ। ਫਸਲਾਂ ਦੇ ਵਿੱਚ ਹਰ ਇੱਕ ਕੰਟਰੀ ਦੇ ਵਿੱਚ ਜਿਹੜਾ ਹੈਗਾ ਸਪਰੇਅ ਹੁੰਦੀ ਆ, ਹਰ ਇੱਕ ਕੰਟਰੀ ਦੇ ਵਿੱਚ ਜਿਹੜੀ ਆ ਰੇਹ ਪੈਂਦੀ ਆ ਫਸਲਾਂ ਦੇ ਵਿੱਚ, ਪਰ ਮਿਲਾਵਟ ਉਦੋਂ ਬਾਅਦ ਹੁੰਦੀ ਆ ਜਦੋਂ ਕਿਸਾਨ ਦੇ ਹੱਥੋਂ ਚੀਜ਼ ਨਿਕਲ ਜਾਂਦੀ ਆ, ਪਾਲਸ਼ਾਂ ਉਦੋਂ ਬਾਅਦ ਵੱਜਦੀਆਂ, ਉਦੋਂ ਬਾਅਦ ਜ਼ਹਿਰਾਂ 'ਚ। ਫਿਰ ਹੁਣ ਗੱਲ ਕਰਦੇ ਹਾਂ ਧੂੰਆਂ ਅਤੇ ਅੱਜ ਕੱਲ੍ਹ ਨਾ ਤਾਂ ਕੋਈ ਕਿਸਾਨ ਨੇ ਅੱਗ ਲਾਈ ਆ ਅਤੇ ਨਾ ਹੀ ਕਿਸਾਨ ਨੇ ਬੰਦ ਕੀਤੀ ਅੱਗ, ਨਾ ਹੀ ਕੋਈ ਝੋਨੇ ਦਾ ਟਾਈਮ ਆ ਵੀ ਕੋਈ ਧੂੰਆਂ ਕਰਕੇ ਹਟ ਗਏ। ਅੱਜ ਹਰ ਇੱਕ ਬੰਦਾ ਕਹਿੰਦਾ ਵੀ ਮੌਸਮ ਇੰਨਾ ਸਾਫ਼ ਹੋਊਗਾ ਕਿ ਇੱਥੋਂ ਜਲੰਧਰ ਤੋਂ ਖੜਿਆਂ ਨੂੰ ਮਨਾਲੀ ਦੇ ਮਕਲੋਟਗੰਜ ਦੇ ਪਹਾੜ ਦਿੰਦੇ ਆ। ਹੁਣ ਦੱਸੋ ਕਿਉਂ ਦੱਸਣ ਲੱਗਿਆ ਬਾਈ ਉਹ ਪਹਾੜ, ਹੈ ਨਾ, ਉਹ ਪਹਾੜ ਪਤਾ ਲੱਗ ਗਿਆ ਵੀ ਇੰਡਸਟਰੀਆਂ ਬੰਦ ਹੋ ਗਈਆਂ ਜਾਂ ਜਿਹੜੇ ਪੋਲਿਊਸ਼ਨ ਵਾਲੇ ਸਿਸਟਮ ਸੀਗੇ ਜਿਹੜੇ ਚੱਲਦੇ ਸੀ ਉਹ ਬੰਦ ਹੋ ਗਏ, ਉਹਦਾ ਕਰਕੇ ਅੱਜ ਮਕਲੋਟਗੰਜ ਦੇ ਪਹਾੜ ਜਿਹੜੇ ਜਲੰਧਰ ਤੋਂ ਦਿਸਣ ਲੱਗ ਗਏ, ਮੌਸਮ ਤਾਂ ਸਾਫ਼ ਹੋਇਆ। ਤਾਂ ਇਸ ਤੋਂ ਬਾਅਦ ਵੀ ਜਿਹੜੇ ਵੀਰ ਕਿਸਾਨ ਨੂੰ ਮਨ ਦੋਸ਼ੀ ਠਹਿਰਾਉਂਦੇ ਆ ਨਾ, ਤਾਂ ਉਹਨਾਂ ਨੂੰ ਬੇਨਤੀ ਆ ਵੀ ਕਿਸਾਨ ਨੂੰ ਨਾ ਤੁਸੀਂ ਯਾਰ ਦੋਸ਼ੀ ਠਹਿਰਾਇਆ ਕਰੋ। ਕਿਸਾਨ ਅੱਜ ਦੇਖ ਲਓ, ਕਿਸਾਨ ਦਾ ਪਕਾਇਆ ਹੋਇਆ ਅੰਨ ਹੀ ਤੁਹਾਡੇ ਘਰਾਂ ਤੱਕ ਪਹੁੰਚਦਾ ਗਾ ਮੁਸ਼ਕਲ ਦੀ ਘੜੀ ਦੇ ਵਿੱਚ। ਫਸਲਾਂ ਵੀ ਅੱਗੇ ਪੱਕ ਗਈਆਂ, ਉਹ ਵੀ ਸਾਰਾ ਚਲੋ ਸਿਸਟਮ ਸਾਹਮਣਾ ਨਾ, ਜਿਵੇਂ ਜਿਵੇਂ ਕੋਈ ਉਹ ਕਰੂਗਾ। ਇੱਕ ਹੁਣ ਸਰਕਾਰ ਨੂੰ ਬੇਨਤੀ ਆ ਜੀ, ਸਾਡੇ ਏਰੀਆ ਜਿਹੜਾ ਕੋਟਨ ਬੈਲਟ ਆ ਉਹਦੇ ਵਿੱਚ ਬੀਜ ਦੀ ਨਰਮੇ ਦੇ ਬੀਜ ਆ ਜਿਹੜੀ, ਉਹਦੀ ਬੜੀ ਦਿੱਕਤ ਆ ਕਿਉਂਕਿ ਉਹਦੀ ਬਿਜਾਈ ਸ਼ੁਰੂ ਹੋ ਗਈ ਸਰੋਂ ਵਾਲੇ ਏਰੀਏ ਦੇ ਵਿੱਚ। ਅਤੇ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਸਰੋਂ ਮਨ ਆਪਣੇ ਨਰਮੇ ਦਾ ਬੀਜ ਆ, ਚਾਹੇ ਤਾਂ ਉਹ ਔਨਲਾਈਨ ਕੋਈ ਐਪਲੀਕੇਸ਼ਨ ਐਪ ਲਾਂਚ ਕਰਨ, ਜਾਂ ਜੇ ਜਿਸੇ ਵੀ ਤਰੀਕੇ ਨਾਲ ਉਹਨਾਂ ਦੇ ਘਰ ਤੱਕ ਕੋਈ ਸਪਲਾਈ ਹੋਵੇ ਜਾਂ ਕੋਈ ਮੇਨ ਦੁਕਾਨਾਂ ਕੋਈ ਖੁੱਲ੍ਹੀਆਂ ਹੋਣ, ਵੀ ਉੱਥੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਸਾਡੇ ਕਿਸਾਨਾਂ ਤੱਕ ਉਹ ਚੀਜ਼ ਪਹੁੰਚਦੀ ਕਰ ਦੇਣ ਬੀਜ ਦੀ, ਬਹੁਤ ਜ਼ਰੂਰਤ ਆ ਕਿਉਂਕਿ ਉਦੋਂ ਬਾਅਦ ਸਰਮਾਂ ਵਾਲੇ ਜਿਹੜੇ ਖੇਤ ਆ ਉਹ ਲੇਟ ਹੀ ਹੋ ਜਾਣਗੇ ਬਿਜਾਈ ਕਰਨੀ, ਔਖਾ ਗਾ ਜੀ।
ਤੀਜਾ ਬਾਈ ਜੀ ਜਿਹੜੇ ਬੇਦਾਵਾ ਦੇ ਕੇ ਹੋਸਪਿਟਲਾਂ ਵਾਲੇ ਛੱਡ ਕੇ ਮਨ ਇਸ ਦੁੱਖ ਦੀ ਘੜੀ ਦੇ ਵਿੱਚ ਆਪੋ ਆਪਣੇ ਹੋਸਪਿਟਲ ਬੰਦ ਕਰਕੇ, ਕਿਉਂਕਿ ਮੋਟੀ ਮੋਟੀ ਕਮਾਈ ਕਰ ਜਾਂਦੇ ਆ ਅਤੇ ਜਦੋਂ ਕਿਸੇ ਦੇ ਦੁੱਖ ਤਕਲੀਫ ਆਉਂਦੀ ਆ ਉਦੋਂ ਉਹਨਾਂ ਨੇ ਬੰਦ ਕਰ ਦਿੰਦੇ ਆ। ਹੁਣ ਬਾਈ ਮਾੜੀ ਮੋਟੀ ਬਿਮਾਰੀ ਵਾਲੇ ਨੂੰ ਤਾਂ ਖੋਲ੍ਹਦੇ ਨੇ, ਜੇ ਕਿਸੇ ਨੇ ਉਹੀ ਗੱਲ ਵੀ ਮੋਟੇ ਕਿਸੇ ਨੇ ਕੰਮ ਕਰਾਉਣਾ, ਕਿਸੇ ਨੇ ਸਟੰਟ ਪਾਉਣੇ ਆ ਜਾਂ ਹੋਰ ਪਾਉਣੇ ਆ, ਉਦੋਂ ਜਾ ਕੇ ਕੀ ਕਰਦੇ, ਉਦੋਂ ਆਖਣਗੇ ਆ ਜਾਓ, ਉਹਨੂੰ ਫੜ ਲੈਂਦੇ ਆ। ਪਰ ਮਾੜੇ ਮੋਟੇ ਵਾਲੇ ਨੂੰ ਤਾਂ ਕੋਈ ਬਾਂਹ ਨਹੀਂ ਫੜਦਾ ਗਾ। ਅਤੇ ਉਹਨਾਂ ਨੂੰ ਬੇਨਤੀ ਆ ਵੀ ਯਾਰ ਪੰਜਾਬ ਸਰਕਾਰ ਨੂੰ ਵੀ ਉਹਨਾਂ 'ਤੇ ਸਖਤੀ ਨਾਲ ਉਹਨਾਂ ਨਾਲ ਪੇਸ਼ ਆਵੇ, ਲਾਇਸੈਂਸ ਉਹਨਾਂ ਦੇ ਜਾਂ ਤਾਂ ਰੱਦ ਕਰਨ, ਅਤੇ ਗੱਲਾਂ ਨਾ ਕਰਨ ਇਕੱਲੀਆਂ ਵੀ ਕਹਿ ਰਹੇ ਅਸੀਂ ਰੱਦ ਕਰਾਂਗੇ ਜਾਂ ਜੇ ਕਰਾਂਗੇ ਉਹਨਾਂ ਦਾ ਕੁਛ, ਹੈ ਨਾ। ਪਰ ਉਹਨਾਂ ਕਰਕੇ ਦਿਖਾਉਣ, ਦੋ ਚਾਰ ਦੇ ਕਰਨ ਫਿਰ ਪਤਾ ਲੱਗੇ ਅਸਲ ਦੇ ਵਿੱਚ ਕੋਈ ਵੀ ਇਹ ਕਰੋੜਾਂ ਰੁਪਇਆ ਇਕੱਠਾ ਕਰ ਲੈਂਦੇ। ਜਾਂ ਬਠਿੰਡੇ ਦੇ ਵੀ ਨਾਮੀ ਹਸਪਤਾਲ ਆ ਜਿਹੜੇ 6-6-7-7 ਕਰੋੜ ਉਹਨਾਂ ਦੀ ਮਹੀਨੇ ਦੀ ਇਨਕਮ ਆ, ਅਤੇ ਜੇ ਉਹਨਾਂ ਦੇ ਕਰ ਵੀ ਦੇਣਗੇ ਲਾਇਸੈਂਸ ਕੈਂਸਲ, ਉਹ 1 ਕਰੋੜ ਦੇ ਕੇ ਬਾਈ ਫਿਰ ਉਹ ਕਰ ਲੈਣਗੇ, ਚਲਾ ਲੈਣਗੇ। ਪਰ ਉਹਨਾਂ ਨੂੰ ਆਪਦੀ ਸਿਹਤ ਦੀ ਹੋਈ ਪਈ ਆ ਵੀ ਸਾਡੀ ਸਿਹਤ ਵਾਜੇ, ਸਾਨੂੰ ਉਹਨਾਂ ਨੂੰ ਕਰੋਨਾ ਦਾ ਡਰ ਆ, ਤਾਂ ਕਰਕੇ ਉਹ ਬਾਈ ਬੰਦ ਕਰਕੇ ਭੱਜ ਗਏ। ਅਤੇ ਹੁਣ ਬਾਈ ਗੱਲ ਕਰਦੇ ਆਪਾਂ ਸੇਵਾ ਦੀ, ਕੱਲ੍ਹ ਵੀ ਇੱਕ ਪੋਸਟ ਪਾਈ ਸੀ ਵੀ ਭੁੱਖਾ ਇਕੱਲਾ ਗਰੀਬ ਹੀ ਨਹੀਂ, ਮਜ਼ਬੂਰ ਵੀ ਬੰਦਾ ਵੀ ਭੁੱਖਾ ਗਾ। ਅਸੀਂ ਬਾਈ ਖਾਣ ਵਾਲ ਜਾਂਦਿਆਂ ਨੂੰ ਅੱਜ 11ਵਾਂ ਦਿਨ ਆ, ਅਤੇ ਹਰ ਰੋਜ਼ ਲੰਗਰ ਦੀ ਸੇਵਾ ਸੀ 100 ਬੰਦੇ ਤੋਂ ਸਟਾਰਟ ਕੀਤਾ ਸੀ, ਅੱਜ 500-600 ਬੰਦੇ ਦਾ ਦਿਨੋਂ ਦਿਨ ਵੱਧ ਹੀ ਰਿਹਾ ਗਾ। ਖਾਣਾ ਲੈ ਕੇ ਜਾਂਦੇ ਹਾਂ ਤਾਂ ਅਸੀਂ ਇੱਕ ਟਰੱਕਾਂ ਵਾਲੇ ਵੀਰਾਂ ਕੋਲ ਰੁਕਦੇ ਹਾਂ ਜਿਹੜੇ ਇੱਥੇ ਕਰਫਿਊ ਦੇ ਵਿੱਚ ਫਸੇ ਹੋਏ ਆ। 400-500 ਬੰਦਾ ਹੁੰਦਾ ਇੱਥੇ ਲਗਭਗ, ਵੀ ਕੋਈ ਅਲੱਗ ਸਾਈਡ 'ਤੇ ਹੁੰਦੇ, ਪਰ ਜਿੱਥੇ ਅਸੀਂ ਖਾਣਾ ਪਹੁੰਚਦਾ ਕਰਦੇ ਉੱਥੇ 200 ਬੰਦੇ ਦੇ ਕਰੀਬ ਹੈਗਾ ਗਾ। ਪਰ ਉਹ ਬਾਈ ਕੋਈ ਗਰੀਬ ਨਹੀਂ ਹੈਗੇ, ਉਹ ਮਜ਼ਬੂਰ ਆ, ਕਿਉਂਕਿ ਉੱਥੋਂ ਦੇ ਸਾਰੇ ਰਾਸ਼ਨ ਦੀਆਂ ਦੁਕਾਨਾਂ ਬੰਦ ਆ ਗਈਆਂ ਅਤੇ ਢਾਬੇ ਬੰਦ ਆ ਗਏ, ਉਹਨਾਂ ਨੂੰ ਉਹ ਰਾਸ਼ਨ ਮਿਲ ਨਹੀਂ ਰਿਹਾ ਕਿਤੋਂ। ਉਹ ਬਾਈ ਇੱਕ ਬੰਦਾ ਆਇਆ, ਅਸੀਂ ਨਾ ਚਲੋ ਕੋਸ਼ਿਸ਼ ਕਰਦੇ ਹੁੰਦੇ, ਉੱਥੇ ਜਾ ਕੇ ਆਪਾਂ ਕਦੇ ਵੀਡੀਓ ਨਹੀਂ ਬਣਾਈ ਕਿਸੇ ਦਾ ਲਾਈਵ, ਪਰ ਦਿਲ ਕਰਦਾ ਹੁੰਦਾ ਵੀ ਬੰਦਿਆਂ ਬਾਰੇ ਦੱਸੀ, ਹੈ ਨਾ, ਵੀ ਕਿਹੋ ਜਿਹੀ ਸੋਚ ਦੇ ਬੰਦੇ ਆ। ਇੱਕ ਬੰਦਾ ਆਇਆ ਤਾਂ ਬਾਈ ਮੈਨੂੰ, 3 ਡਰਾਈਵਰ ਸੀਗਾ ਵੀਰਾਂ ਦਾ, 3 ਦਿਨ ਹੋ ਗਏ ਬਾਈ ਇਹਦਾ ਖਾਣਾ ਨਹੀਂ ਖਾਧਾ ਯਾਰ, ਅਤੇ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਤੱਕ ਖਾਣਾ ਪਹੁੰਚਦਾ ਕੀਤਾ। ਫਿਰ ਉਹ ਬੰਦੇ ਨੇ ਖਾਣਾ ਲੈ ਕੇ ਬਾਈ ਪੁੱਛਿਆ ਕਿੰਨੀਆਂ ਰੋਟੀਆਂ ਇਹਦੇ ਵਿੱਚ, ਅਸੀਂ ਆਖਿਆ ਵੀ ਇਹ 4 ਰੋਟੀਆਂ ਦਾ ਪੈਕ ਆ, ਉਹ ਬੰਦਾ ਕਹਿੰਦਾ ਮੈਨੂੰ ਬਾਈ 3 ਹੀ ਦੇ ਦਿਓ, ਇਹਦਾ ਮੈਂ 3 ਨਾਲ ਸਰ ਜੂਗਾ, ਮੇਰਾ 1 ਰੋਟੀ ਤੁਸੀਂ ਕੱਢ ਲਓ, ਕਿਸੇ ਦੇ ਹੋਰ ਕੰਮ ਆ ਜੂਗੀ। ਉਹ ਰੋਟੀ ਵੀ ਉਹ ਦੇ ਕੇ ਸਾਨੂੰ 1 ਰੋਟੀ ਕੱਢ ਕੇ 100 ਰੁਪਏ ਇੱਕ ਹੋਰ ਦੇ ਕੇ ਕਹਿੰਦਾ ਮੇਰਾ ਦਾਨ ਆ, ਤੁਸੀਂ ਰੱਖ ਲਓ ਇਹਦਾ। ਮੈਂ ਕਿਹਾ ਬਾਈ ਅਸੀਂ ਸੇਵਾ ਕਰਨਾ ਹੈ, ਤੁਹਾਡੀ ਸੇਵਾ ਲੈਣ ਨਹੀਂ ਆਏ। ਅਤੇ ਬਾਈ ਇਹੋ ਜਿਹੇ ਬੰਦੇ ਹੁੰਦੇ, ਇਮੋਸ਼ਨਲ ਵੀ ਕਰ ਦਿੰਦੇ ਉੱਥੇ ਆ ਕੇ ਵੀ ਯਾਰ, ਪਤਾ ਲੱਗਦਾ ਹੈ ਨਾ ਵੀ ਕੀ ਅਹਿਮੀਅਤ ਆ ਉਹਨਾਂ ਦੀ। ਉਹ ਬੰਦੇ ਨੂੰ ਪਤਾ ਸੀਗਾ ਵੀ ਰੋਟੀ ਦੀ ਕੀਮਤ ਕੀ ਆ, ਉਹ ਬੰਦੇ ਨੇ ਸਾਫ਼ ਸਾਨੂੰ ਕਿਹਾ ਵੀ ਯਾਰ ਇੰਨੇ ਮੈਨੂੰ ਇੰਨੇ ਨਾਲ ਸਰਜੂ, ਆਹ ਮੇਰੀ ਸੇਵਾ ਲੈ ਜਾਓ। ਅਤੇ ਇਹੋ ਜਿਹੇ ਬੰਦੇ ਵੀ ਹੁੰਦੇ ਆ ਬਾਈ, ਉੱਥੇ ਜਾ ਕੇ ਆਪਣੇ ਆਪ ਨੂੰ ਵੀ ਸਕੂਨ ਮਿਲਦਾ ਵੀ ਬਾਕੀ ਆਪਣੀ ਸੇਵਾ ਸਹੀ। ਵੀ ਇਹ ਸੋਚ ਕੇ ਦੇਖੋ ਜੇ ਉਹਨਾਂ ਦੀ ਜਗ੍ਹਾ ਆਪਾਂ ਹੋਈਏ, ਮਜ਼ਬੂਰ ਕਿਤੇ ਬੈਠੇ ਹੋਈਏ। 3 ਹਾਂ ਬਾਈ, ਨੈਟਵਰਕ ਕੱਟ ਗਿਆ ਸੀ ਬਾਈ, ਅਤੇ ਆਪਾਂ ਇਹੀ ਗੱਲ ਕਰਦੇ ਸੀ ਬਾਈ, ਮੈਂ ਜੇ ਉਹਦੀ ਜਗ੍ਹਾ 'ਤੇ ਨਾ ਜਾਣੀ ਆਪਾਂ ਹੋਈਏ, ਹੈ ਨਾ, ਵਾਹਿਗੁਰੂ ਨਾ ਕਰੇ, ਅਤੇ ਉਹ ਵੀ ਵਿਚਾਰੇ ਫਸੇ ਹੋਏ ਆ ਵੀ ਉਹਨਾਂ ਦੀ ਜਗ੍ਹਾ 'ਤੇ ਆਪਾਂ ਹੋ ਗਏ, ਸੋਚੀਏ ਵੀ ਯਾਰ ਆਪਾਂ ਹੋ ਗਏ, 3 ਦਿਨ ਭੁੱਖੇ ਰਹੀਏ ਤਾਂ ਕੀ ਹਾਲਾਤ ਹੋਣਗੇ ਆਪਣੇ। ਬਹੁਤ ਮੁਸ਼ਕਿਲ ਦੀ ਘੜੀ ਆ, ਵਾਰ ਵਾਰ ਇਹੀ ਬੇਨਤੀ ਕਰਦੇ ਹਾਂ ਜੇ ਕਿਤੇ ਕੋਈ ਭੁੱਖਾ ਮਜ਼ਬੂਰ ਗਰੀਬ ਜੋ ਵੀ ਕਿਸੇ ਤਰੀਕੇ ਦਾ ਹੀ ਬੈਠਾ, ਹੈ ਨਾ, ਤਾਂ ਉਹਨਾਂ ਤੱਕ ਖਾਣਾ ਜ਼ਰੂਰ ਪਹੁੰਚਦਾ ਕਰ ਦਿਓ ਬਾਈ। ਅਤੇ ਇਹੀ ਬੇਨਤੀਆਂ ਸੀਗੀਆਂ ਆਪਣੀਆਂ, ਅਤੇ ਬਾਕੀ ਬਾਈ ਤੁਹਾਨੂੰ ਸੇਵਾ ਦਰ ਵੀ ਸਾਨੂੰ ਮਿਲਾ ਦੀ ਆ, ਤੁਹਾਨੂੰ ਸਾਡੇ ਸੇਵਾਦਾਰ ਆ ਜਿਹੜੇ ਚੱਲੀ ਜਾਂਦੇ ਆ, ਸੋਨੀ ਸਿੰਘ ਸਾਡੇ ਸੇਵਾਦਾਰ, ਤੜਕਾ ਚੱਲੀ ਜਾਂਦਾ। ਆਹ ਆਪਣੇ ਟਰੱਕ ਡਰਾਈਵਰ ਵੀਰਾਂ ਲਈ ਸਪੈਸ਼ਲ ਬਾਈ, ਦੁੱਧ ਚਾਹ ਦੀ ਸੇਵਾ ਜਿਹੜੀ ਲਾਉਣੀ ਅੱਜ ਸ਼ਾਮ ਨੂੰ ਉਹ ਚੱਲੂਗੀ। ਬਿਲਕੁਲ ਬਾਈ ਜੀ, ਆਨੰਦ ਸਿੰਘ ਸਹੀ ਗੱਲ ਆ ਜੀ।
ਹਾਂਜੀ ਹਾਂਜੀ ਦਲਜੀਤ ਬਾਈ ਵੀ ਆ ਗਿਆ ਵੀਰੇ, ਕੀ ਹਾਲ ਆ? ਵਧੀਆ ਜੀ, ਅਤੇ ਸੁਣਿਆ ਬਠਿੰਡੇ ਤੋਂ ਕਨੇਡਾ ਦੇਖਦਾ। ਬਿਲਕੁਲ ਭਾਈ ਬਿਲਕੁਲ ਦਲਜੀਤ ਬਾਈ, ਚਲੋ ਹਾਸੀਆਂ ਖੇਡੀਆਂ ਉਹ ਵੀ ਚੱਲੀ ਜਾਂਦੀਆਂ ਨਾਲ ਨਾਲ। ਗ੍ਰੇਟ ਬ੍ਰਦਰ ਗੁਰਕੀਰਤ ਸਿੰਘ ਆਰਨ ਅਰੋੜਾ ਬਾਈ ਜੀ, ਧੰਨਵਾਦ ਬਾਈ ਜੀ, ਮਿਹਰਬਾਨੀ। ਮਾਨ ਸਾਹਿਬ ਵੀ ਸਾਡੇ ਬਠਿੰਡੇ ਵਾਲੇ, ਵਾਰੀ ਵਾਰੀ ਇਹ ਵੀ ਬਹੁਤ ਬਾਈ ਮੁੱਦਿਆਂ 'ਤੇ ਬੋਲੀ ਜਾਂਦੇ ਆ, ਜ਼ਰੂਰੀ ਵੀ ਆ ਮੁੱਦਿਆਂ 'ਤੇ ਬੋਲਣਾ। ਅਤੇ ਵਾਹਿਗੁਰੂ ਚੜ੍ਹਦੀਆਂ ਗਲਾਂ 'ਚ ਰੱਖੇ। ਅਤੇ ਤਰਸੇਮ ਸਿੰਘ ਗੁੱਡ ਬਾਈ ਜੀ, ਤੁਹਾਡੇ ਲਈ ਪਰਮਾਤਮਾ ਅੱਗੇ ਸਾਡਾ ਸਾਰਾ ਪਰਿਵਾਰ ਅਰਦਾਸ ਕਰਦਾ ਕਿ ਤੁਸੀਂ ਹੱਸਦੇ ਵੱਸਦੇ ਰਹੋ ਲੰਮੀਆਂ। ਜਿੰਮੀ ਨੰਬਰਦਾਰ, ਧੰਨਵਾਦ ਬਾਈ ਨੰਬਰਦਾਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਬਾਈ। ਅਤੇ ਨੇੜੇ ਹੁੰਦੇ ਤਾਂ ਬਾਈ ਤੁਹਾਡਾ ਵੀ ਹਿੱਸਾ ਲੈ ਜਾਂਦੇ, ਕਿਉਂਕਿ ਹੁਣ ਚਾਹ ਦੀ ਬੜੀ ਸਖਤ ਜ਼ਰੂਰਤ ਆ ਉੱਥੇ ਡਰਾਈਵਰ ਵੀਰਾਂ ਵਾਸਤੇ। ਅਦੇ ਚਾਹ ਬਿਨਾਂ ਤੁਹਾਨੂੰ ਪਤਾ ਵੀ ਡਰਾਈਵਰ ਦਾ ਬਣਦਾ ਕੁਛ ਨਹੀਂ ਗਾ, ਅਤੇ ਅੱਜ ਤੋਂ ਚਾਹ ਦੀ ਸੇਵਾ ਵੀ ਉਹਨਾਂ ਵਾਸਤੇ ਸ਼ੁਰੂ ਕਰਤੀ। ਚਾਹ ਲੈ ਕੇ ਜਾਇਆ ਕਰਾਂਗੇ। ਜਗਸੀਰ ਸਿੰਘ ਜਟਾਣਾ, ਹਰਪ੍ਰੀਤ ਸਿੰਘ ਗੁੱਡ ਮੋਰਨਿੰਗ ਬਾਈ ਜੀ, ਗੁੱਡ ਬ੍ਰਦਰ ਬਾਈ ਧੰਨਵਾਦ ਜੀ, ਵੈਰੀ ਨਾਈਸ ਬਾਈ ਸਤਪਾਲ ਸਿੰਘ, ਬਹੁਤ ਵਧੀਆ ਵੀਰ, ਸਭ ਖੁਸ਼ ਰੱਖੇ, ਧੰਨਵਾਦ ਜੀ। ਰਣਜੀਤ ਵਿਰਕ ਚੋਵਾਲੀ, ਕੀ ਹਾਲ ਹੈ ਜੀ? ਰਾਜ ਮੈਡੀਕਲ, ਕੀ ਹਾਲ ਹੈ ਬਾਈ ਜੀ? ਸਰਬਜੀਤ ਬਰਾੜ, ਹੈਲੋ ਬਾਈ ਜੀ, ਗੁਰਜਾ ਢਿੱਲੋਂ ਬਾਈ, ਵਾਹਿਗੁਰੂ ਮੇਰ ਕਰਨ, ਗੁਰਪ੍ਰੀਤ ਧੰਨਵਾਦ ਬਾਈ। ਮਾਨ ਬਠਿੰਡੇ ਵਾਲਾ ਹਰਪ੍ਰੀਤ ਸਿੰਘ, ਕੀ ਹਾਲ ਹੈ ਮਾਨ ਸਾਹਿਬ? ਠੀਕ ਠਾਕ ਹੋ? ਗੁੱਡ ਵਰਕ ਬਾਈ, ਕਰੀ ਜਾਂਦੇ ਸੇਵਾ। ਹਾਂਜੀ ਹਾਂਜੀ ਬਾਈ ਹਰਪ੍ਰੀਤ ਸਿੰਘ, ਲੱਗੇ ਪਏ ਹਾਂ ਬਾਈ। ਜਗਤਾਰ ਦਿਓਲ, ਚਰਨਜੀਤ ਸਿੰਘ ਮਲੇਸ਼ੀਆ ਤੋਂ ਬਾਈ, ਕੀ ਹਾਲ ਹੈ? ਬਹੁਤ ਵਧੀਆ ਬਾਈ। ਰਣਜੀਤ ਵਿਰਖਿਓ ਵਾਲੀ, ਸੇਵਾ ਦੇਣੀ ਸੀ ਬਈ, ਧੰਨਵਾਦ ਬਾਈ, ਧੰਨਵਾਦ। ਸੇਵਾ ਬਾਈ ਤੁਸੀਂ ਨੇੜੇ ਕਰੋ ਆਪਣੇ, ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਉੱਥੇ ਸੇਵਾ ਕਰ ਲਓ, ਹੈ ਨਾ? ਅਤੇ ਵਧੀਆ ਚੱਲੀ ਜਾਂਦਾ ਵਾਹਿਗੁਰੂ ਦੀ ਕਿਰਪਾ ਨਾਲ। ਜਾਂਦੇ ਵੱਜਦੇ ਰਹੋ ਢਿੱਲੋਂ ਸਾਹਿਬ ਬ੍ਰਦਰ, ਜੋ ਲੋਕਾਂ ਦੀ ਸੇਵਾ ਕਰ ਰਹੇ ਹਾਂ। ਭੁਪਿੰਦਰ ਸਿੰਘ, ਬਿਲਕੁਲ ਬਾਈ ਧੰਨਵਾਦ, ਤੁਹਾਡੇ ਹੌਸਲੇ ਨਾਲ ਹੀ ਚੱਲੀ ਜਾਂਦੇ ਹਾਂ ਬਾਈ। ਹੌਸਲਾ ਵੱਡੀ ਚੀਜ਼ ਹੁੰਦੀ ਆ, ਉਹਦੇ ਅੰਦਰ ਖੰਭ ਕੁਛ ਨਹੀਂ ਕਰਦੇ ਹੁੰਦੇ ਬੰਦੇ ਨੂੰ ਉੱਡਣ ਵਾਸਤੇ, ਅਤੇ ਜੇ ਹੌਸਲਾ ਤੁਸੀਂ ਦਿੰਦੇ ਹਾਂ ਤਾਂ ਖੰਭ ਫਿਰ ਹੀ ਕੰਮ ਕਰਦੇ ਆ ਬਈ ਸਾਡੇ ਵੀ, ਅਤੇ ਨਹੀਂ ਤਾਂ ਖੰਭ ਚਾਹੇ ਕਿਹੋ ਜਿਹੇ ਵੀ ਹੋਣ। ਹੁਣ ਔਖੇ ਟਾਈਮ ਵਿੱਚ ਪਤਾ ਲੱਗਦਾ ਢਿੱਲੋਂ ਵੀ ਦਿਲ ਦਾ ਨਹੀਂ ਮਾੜਾ। ਬਿਲਕੁਲ ਬਾਈ ਬਿਲਕੁਲ ਬਾਈ, ਆਪਾਂ ਤਾਂ ਪਹਿਲੇ ਦਿਨ ਤੋਂ ਯਾਰ, ਚਲੋ ਆਦੇ ਹੁੰਦੇ ਇੱਕ ਬੰਦਾ ਬੈਠਾ ਦੀ ਨਾ ਹੁੰਦਾ, ਇੱਕ ਖੜਾ ਦਿਖਾਉਣਾ ਹੁੰਦਾ ਨਾ, ਆਪਾਂ ਉਹਨਾਂ ਚੀਜ਼ਾਂ 'ਚੋਂ ਹੈ ਨਹੀਂ ਗੇ ਵੀ। ਚਲੋ ਹੌਲੀ 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 ਜਿਵੇਂ ਜਿਵੇਂ ਬਲ ਬਖਸ਼ਦਾ ਪਰਮਾਤਮਾ, ਉੰਨੀ ਕੁ ਸੇਵਾ ਕਰੀ ਜਾਂਦੇ ਹਾਂ। ਪਹਿਲਾਂ ਜਿੰਨੀ ਕੁ ਬਾਂਹ ਫੜੀ ਸੀ ਵਾਹਿਗੁਰੂ ਨੂੰ ਉਹੋ ਜਿਹਾ ਕਰੀ ਜਾਂਦੇ ਸੀ, ਹੁਣ ਥੋੜ੍ਹੀ ਹੋਰ ਚੰਗੀ ਫੜੀ ਆ ਤਾਂ ਆਪਾਂ ਉਹੋ ਜਿਹਾ ਕਰੀ ਜਾਂਦੇ ਹਾਂ, ਤਾਂ ਚੱਲੀ ਜਾਣਾ ਬਈ ਆਪਣੀ ਸੇਵਾ। ਨਿਰਮਲ ਸਿੰਘ ਯਾਰ, ਆਰਾਮ ਵੀ ਕਰ ਲਿਆ ਕਰੋ ਯਾਰ, ਥੱਕੇ ਆਉਣਾ ਰੈਸਟ ਕਰ ਲਓ ਬਾਈ। ਹੋਰ ਬਸ ਬਸ ਬਾਈ, ਕੋਈ ਗੱਲ ਨਹੀਂ, ਜਿੰਨੇ ਦਿਨ ਚੱਲੂਗਾ ਥਕਾਵਟ ਠੀਕ ਆ ਹੁੰਦੀ ਆ, ਕਿਉਂਕਿ ਸਵੇਰ ਤੋਂ ਲੱਗਦੇ ਹਾਂ ਸ਼ਾਮ ਤੱਕ ਹੀ ਚੱਲੀ ਜਾਂਦਾ। ਸਵੇਰੇ ਆਮ ਸਾਰ ਪਹਿਲਾਂ ਲੱਕੜਾਂ ਦੀ ਤਿਆਰੀ ਕਰਨ ਲੱਗ ਜਾਂਦੇ ਪਾੜਨ ਦੀ, ਫਿਰ ਗਾਣਾ ਵੰਡਣਾ, ਸਬਜ਼ੀ ਚੀਰਨੀ, ਚੱਲੀ ਜਾਂਦਾ ਕੰਟੀਨਿਊ ਹੀ ਕੰਮ। ਉਹਦੇ ਕੋਈ ਚਾਚਾ ਹੀ ਲੱਗੇ ਪਿਆ ਝੋਕਾ ਲਾਉਣ। ਖਰਚੇ ਤੋਂ ਵੀ ਬੱਚਤ ਨਾਲ ਨਾਲ, ਸਿਲੰਡਰਾਂ 'ਤੇ ਬਾਈ ਪੂਰਾ ਨਹੀਂ ਆਉਂਦਾ, ਫਿਰ ਖਰਚਾ ਜ਼ਿਆਦਾ ਹੋ ਜਾਂਦਾ ਸਿਲੰਡਰਾਂ ਦਾ, ਫਿਰ ਲੱਕੜ ਚੱਲੀ ਜਾਂਦੀ ਹੈ ਫਿਰ। ਅਤੇ ਚੱਲੀਏ ਬਾਈ ਸੇਵਾਦਾਰਾਂ ਕੰਨੀ, ਤੁਹਾਨੂੰ ਸੇਵਾਦਾਰਾਂ ਕੰਨੀ ਦਿਖਾ ਦਈਏ ਤੁਹਾਨੂੰ ਸਾਰੇ ਸਾਡੇ ਸੇਵਾਦਾਰ, ਇਹਨਾਂ ਨੂੰ ਵੀ ਹੌਂਸਲਾ ਦਿਓ। ਗੁਰਵਿੰਦਰ ਕੌਰ ਬਾਈ ਢਿੱਲੋਂ ਸਾਹਿਬ, ਧੰਨਵਾਦ ਧੰਨਵਾਦ ਜੀ, ਮੋਂਗਾ ਸਤਿ ਸ਼੍ਰੀ ਅਕਾਲ ਜੀ। ਲਓ ਜੀ ਆਹ ਦੇਗਾਂ ਕੀਰਤੀਆਂ ਇਹਨਾਂ ਨੇ ਸਬਜ਼ੀ ਦੀਆਂ, ਹਰੀ ਸਬਜ਼ੀ ਚੱਲਦੀ ਆ ਹੁਣ। ਇੱਧਰ ਹਰਪਾਲ ਸਿੰਘ ਪਾਲੀ, ਪਾਲੀ ਨੇ ਦੂਜਾ ਜਗਾੜ ਨਾਲ ਚਲਾ ਰੱਖਿਆ ਕੰਮ,
ਇੱਧਰ ਸੰਦੀਪ ਸਿੰਘ ਐਸ ਆਰ ਕਮਰਸ਼ੀਅਲ ਗੋਡ ਫਾਰਮ ਇਹ ਸੇਵਾ ਚ, ਇੱਧਰ ਜੱਸੂ ਸਿੰਘ ਚੌਹਾਨ, ਇੱਧਰ ਮਨਦੀਪ ਸਿੰਘ, ਇੱਧਰ ਪਾਰਗੜ ਸਿੰਘ ਸੇਖੋਂ ਪਾਲਦਾ, ਇੱਧਰ ਆਪਣਾ ਐਸ ਆਰ ਕਮਰਸ਼ੀਅਲ। ਅਤੇ ਸੇਵਾ ਇਹਨਾਂ ਦੀ ਸਬਜ਼ੀ ਦੀ ਚੱਲੀ ਜਾਂਦੀ ਆ ਪੂਰੀ ਕੇਅਰ ਨਾਲ। ਅਤੇ ਇੱਧਰ ਸਾਡੇ ਰਣਜੀਤ ਸਿੰਘ ਜੀ ਆ ਗਏ, ਹਰਿਆਣਾ ਪੁਲਿਸ, ਇਹ ਵੀ ਨਾਲ ਨਾਲ ਡਿਊਟੀ ਦੇ ਨਾਲ ਨਾਲ ਸੇਵਾ ਵੀ ਚੱਲਦੀ ਆ। ਹਰਪਾਲ ਸਿੰਘ ਢਿੱਲੋਂ ਦਾ ਬਹੁਤ ਵੱਡਾ ਸੁਨੇਹਾ ਤੁਹਾਡੀ ਗੱਲ 'ਚ, ਪੈਸਾ ਵੱਡਾ ਨਹੀਂ ਇਨਸਾਨ ਸਭ ਤੋਂ ਵੱਡੀ ਆ। ਮਿਲਾਂਗੇ, ਜ਼ਰੂਰ ਮਿਲਾਂਗੇ ਬਾਈ, ਜ਼ਰੂਰ ਜੀ, ਬਾਬੇ ਨਾਨਕ ਦੀ, ਬਿਲਕੁਲ ਬਾਬੇ ਨਾਨਕ ਦੀ ਕਿਰਪਾ ਬਾਈ। ਬਾਬੇ ਨਾਨਕ ਦਾ ਚਲਾਇਆ ਹੋਇਆ ਲੰਗਰ ਅੱਜ ਤੱਕ ਵੀ ਚੱਲੀ ਜਾਂਦਾ। ਅਤੇ ਦੂਜੇ ਸੇਵਾਦਾਰ ਵੀ ਦਿਖਾਉਣਾ ਉੱਧਰ ਬਾਈ, ਰੋਟੀਆਂ ਵਾਲੇ ਜਿਹੜੇ ਲੰਕੇ ਪਏ ਆ ਪ੍ਰਸ਼ਾਦਿਆਂ ਦੀ ਸੇਵਾ, ਤਾਂ ਅੱਜ 1500 ਦੇ ਕਰੀਬ ਪ੍ਰਸ਼ਾਦਾ ਜਿਹੜਾ ਤਿਆਰ ਕਰ ਦਿੰਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰਸ਼ਾਦਾ ਚੱਲਦਾ। ਮਿਲਾਉਂਦੇ ਹਾਂ ਬਾਈ ਜਗਸੀਰ ਰੇਸ਼ਮ ਨੂੰ ਮਿਲਾਉਂਦੇ ਹਾਂ। ਅਤੇ ਲਓ ਵੀ ਰੇਸ਼ਮ ਵੀ ਦਿਖਾਉਂਦੇ ਹਾਂ, ਰੇਸ਼ਮ ਪੂਰਾ ਲੱਗਿਆ ਹੋਇਆ ਲੱਕੜਾਂ 'ਤੇ। ਆਨਰ ਬੜਾ ਬਹੁਤ ਵਧੀਆ ਜੀ, ਧੰਨਵਾਦ ਜੀ, ਧੰਨਵਾਦ। ਲਓ ਬਈ ਹੁਣ ਮਾੜਾ ਮੋਟਾ ਨਾਲ ਦੇਖੋ, ਹਾਂ ਦੇਖੋ ਜੀ, ਇੱਧਰ ਰੇਸ਼ਮ ਨੇ ਬਈ ਸਾਰੀਆਂ ਛੈਣੀਆਂ ਵਸਾ ਦੀਆਂ ਇਹਦੇ ਵਿੱਚ। ਇੱਕ ਮਿੰਟ ਰੇਸ਼ਮ, ਇੱਕ ਮਿੰਟ ਬਾਈ, ਦੇਖੋ ਰੇਸ਼ਮ ਦੇ ਕੰਮ, ਇੱਕ ਛੈਣੀ, ਦੋ ਛੈਣੀ, ਤਿੰਨ ਛੈਣੀ, ਇੱਕ ਆ ਹੋਰ ਹੀ ਪਾਸੇ ਲੱਗਦੀ, ਦੋ ਇੱਧਰ, ਦੋ ਥੱਲੇ ਪੰਗਾ, ਗਾਣੇ ਵਾਲਾ ਕੰਮ, ਇੱਕ ਜੁਗੜੀ, ਦੋ ਜੁਗੜੀ, ਸਹੀ ਗੱਲ ਆ, ਸਾਰੀਆਂ ਤਾਂ ਸਾਰੀਆਂ। ਆਹ ਦੇਖ ਦੇਸੀ ਕੰਮ ਕਰਦੀਆਂ ਨੇ, ਲੱਕੜ ਬੋਝ ਕੇ ਆਰਾਮ ਨਾਲ। ਕਰਦੇ ਬਾਈ ਕਰਦੇ, ਸ਼ਹਿਰ ਦੱਬ ਕੇ ਦੇ, ਰੇਸ਼ਮ ਨੂੰ ਬਾਈ ਆ ਪਿਆ ਕੌਲਾ ਮਾਂਜਾ, ਰੇਸ਼ਮ ਕਿੱਥੇ ਚਾਹ ਬਣਾ ਸਰਦਾ, ਆਹ ਚੱਲ ਦੋ ਕੱਢਦੇ ਆ, ਨਿਕਲ ਗਿਆ ਤਿੰਨ, ਉਹ ਵੀ ਨਿਕਲ ਜੂਗੀ। ਬਲਜੀਤ ਸਿੰਘ ਸਤਿ ਸ਼੍ਰੀ ਅਕਾਲ, ਵਾਹਿਗੁਰੂ ਚੜ੍ਹਦੀ ਕਲਾ ਦੇ ਰੱਖੇ, ਧੰਨਵਾਦ ਜੀ, ਧੰਨਵਾਦ ਬਾਈ ਜੀ। ਇਹ ਗਿਆ, ਹਾਂ ਦੋ ਹੋਰ ਮਾਰੋ ਸੱਟਾਂ, ਫਿਰ ਮੈਂ ਪੜ ਦਿੰਦਾ, ਖੜ ਜਾ ਥੋੜਾ ਹੋਰ ਪਾਸੇ ਵੱਜੂ ਨੂੰ ਲਾ ਲਾ, ਠੋਕਰ ਖੜੂ ਅੱਗੇ ਨੂੰ। ਬਹੁਤ ਜਾਣਾ ਤੁਹਾਡੇ ਚ, ਦੋ ਪੰਗਾ ਤਿੰਨ ਤਾਂ ਕੱਢਤੀਆਂ ਹੋਣਗੀਆਂ ਪਹਿਲਾਂ, ਬੜੀ ਕਲੱਲੀ ਉਹ ਕਰੀ ਆ, ਉਹ ਨੀ ਨਿਕਲਦੀ ਕਿੱਥੇ, ਉਹ ਛੇਣੀ ਕਿੱਥੇ ਕਲੱਲੀ ਵਾਲੀ, ਆਹ ਪਈ ਆ ਨਗਿੰਦਰ। ਹਾਂਜੀ ਹਾਂਜੀ ਬਿਲਕੁਲ ਬਾਈ, ਬਹੁਤ ਜ਼ਿਆਦਾ ਕੇਅਰ ਨਾਲ ਚੱਲਦੇ ਆ, ਇੱਕ ਵਾਰ ਤਾਂ ਕੋਸ਼ਿਸ਼ ਤਾਂ ਪੂਰੀ ਹੁੰਦੀ ਆ। ਅਤੇ ਦਿਖਾਵਾਂਗੇ ਕਿਉਂਕਿ ਬਾਈ ਅਸੀਂ ਵਰਤਾਉਣ ਵੇਲੇ ਜ਼ਿਆਦਾ ਬੰਦੇ ਨਹੀਂ ਜਾਂਦੇ,
ਸਿਰਫ ਦੋ ਬੰਦੇ ਜਾਂਦੇ ਆ, ਦੋ ਬੰਦੇ ਸਾਰਾ ਸਿਸਟਮ, ਦੋ ਜਾਂ ਤਿੰਨ ਲਾਸਟ, ਤੇ ਸਾਡੇ ਨਾਲ ਪੁਲਿਸ ਦਾ ਵੀ, ਪ੍ਰਸ਼ਾਸਨ ਦਾ ਪੂਰਾ ਸਾਥ ਆ, ਸਾਡੇ ਨਾਲ ਹੁੰਦੀ ਆ ਵਰਤਾਉਣ ਵੇਲੇ ਡਿਊਟੀ ਦੇ ਨਾਲ ਨਾਲ, ਉਹੀ ਲੰਗਰ ਦੀ ਸੇਵਾ ਵੀ ਕਰਦੇ ਆ ਵਰਤਾਉਣ ਦੀ, ਉਹ ਵਰਤਾਉਂਦੇ ਵੀ ਆ ਨਾਲ, ਕਿਉਂਕਿ ਅਸੀਂ ਜ਼ਿਆਦਾ ਇੱਥੋਂ ਅਪ ਡਾਊਨ ਕਰਦੇ ਹਾਂ ਤਾਂ ਫਿਰ ਬਈ ਜ਼ਿਆਦਾ ਜਿੰਨੇ ਬੰਦੇ ਜਾਵਾਂਗੇ ਆਪਾਂ ਸੋਸ਼ਲ ਡਿਸਟੈਂਸ ਆ ਜਿਹੜੀ ਉਹ ਵੀ ਬਣਾ ਕੇ ਰੱਖਣੀ ਆ, ਉਹ ਵੀ ਜ਼ਰੂਰੀ ਆ, ਆਪਾਂ ਇਕੱਠ ਵੀ ਨਹੀਂ ਕਰਨਾ। ਕਈ ਵਾਰੀ ਹੁਣ ਜਿਵੇਂ ਪਿੰਡਾਂ ਦੇ ਵਿੱਚ ਕਹਿਤੇ ਸੀ ਵੀ ਨਾਕੇ ਜਾਂ ਪਿੰਡ ਕਵਰ ਕਰਨੇ ਆ, ਉੱਥੇ ਬਈ ਬੰਦੇ ਜਿਹੜੀ ਆਪਦੀ ਉਹੀ ਡਿਸਟੈਂਸ ਵਾਲਾ ਕੰਮ ਕਰਦੇ ਨੇ ਨਾ, ਕਾਨੂੰਨ ਤੋਂ ਹਟ ਕੇ ਹੋ ਜਾਂਦੇ ਆ, ਉੱਥੇ ਕਿਹਾ ਦੋ ਚਾਰ ਬੰਦੇ, ਉੱਥੇ ਦਸ ਦਸ ਮੁੰਡੇ ਵੀ ਦੇਖੇ ਉੱਥੇ ਬੈਠੇ ਹੁੰਦੇ ਆ, ਅਤੇ ਉਹ ਗਲਤ ਆ ਬਾਈ, ਉਹ ਵੀ ਆਪਾਂ ਨੂੰ ਜ਼ਰੂਰੀ ਆ, ਆਪਣੀ ਬੱਚਤ ਜ਼ਰੂਰੀ ਆ, ਤਾਂ ਵੱਧ ਤੋਂ ਵੱਧ ਆਪਦੀ ਕੇਅਰ ਰੱਖੋ ਨਾ ਜਿੰਨੀ ਹੋ ਸਕਦੀ ਆ। ਅੱਜ 11ਵਾਂ ਦਿਨ ਆ ਬਾਈ, ਲਗਾਤਾਰ ਇਸੇ ਤਰੀਕੇ ਸੇਵਾ ਚੱਲਦੀ ਆ ਅਤੇ ਚੱਲਦੀ ਰਹੂਗੀ। ਸਤਿ ਸ਼੍ਰੀ ਅਕਾਲ ਸਰ। ਪਿੰਡ ਬਾਈ ਜੀ ਸੁਖਵਿੰਦਰ ਬਾਈ, ਗਿਆਨਾ ਪਿੰਡ ਆਪਣਾ, ਸੁਸ਼ੀਲ ਸੇਠੀ, ਬਿਲਕੁਲ ਜੀ ਬਿਲਕੁਲ, ਸਿਹਤ ਦਾ ਧਿਆਨ ਆ ਜੀ, ਫਾਨਾ ਲਾ ਤਾ ਬਾਈ ਨੇ, ਹਾਂਜੀ ਹਾਂ ਫਾਨਿੰਗ ਵੀ ਕੱਟ ਜਾਂਦਾ ਫਾਨਾ ਇੱਕ, ਆ ਦੇਖੋ ਜਨਾ ਲੜਦੇ ਕਾਹਤੋਂ ਨੇ, ਥੱਲੇ ਰਿਹਾ ਕਰੋ। ਸਰਕਾਰ ਨੇ ਪਾਇਆ ਰੋਟੀ ਚੁੱਕ ਵਾਸਤੇ, ਚਲੋ 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 ਪਾੜੋ ਰਹਿਣਗੇ, ਮੁਕਾ ਦਿੰਦੇ ਤੁਸੀਂ ਸਾਰੀਆਂ ਫਸਾ ਲੈਂਦੇ ਇਕੱਠੀਆਂ ਹੀ, ਕਾਹਨੂੰ ਜਿਹੜੇ ਫਸਾ ਲੈਂਦੇ ਇਹਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਕਰਨੀ ਆ, ਦੇਖਿਓ ਆ ਜਾ ਮੂੰਹ ਨਹੀਂ ਸਿਰ ਨਹੀਂ ਲੈ, ਆ ਕਾਹਦੇ ਵਾਸਤੇ ਲਾਈ ਇੱਥੇ, ਕੀ ਪਤਾ ਕੀ ਕੁਛ ਕੀਤਾ, ਆ ਦੇਖ ਆ ਦੇਖ ਆ ਚੀਰ ਤਾਂ ਚੱਲਿਆ ਸੀ ਇੱਥੇ, ਲਾ ਦੇ ਇੱਧਰ ਉੱਡਾ ਪਾਸਟੇ, ਆ ਦੇਖ ਲਓ ਬਈ ਇਹਨਾਂ ਦੇ ਕੰਮ ਲਾਈਵ ਦੇ ਵਿੱਚ, ਤੁਸੀਂ ਆ ਤਾਂ ਤੋੜ ਰੱਖੀ ਇੱਕ ਸ਼ੈਣੀ ਦਾ ਬਾਈ, ਇਹ ਛੈਣੀਆਂ ਲੱਕੜਾਂ ਵਾਲਾ ਕੰਮ ਨਹੀਂ ਸੀ ਨਾ, ਫਿਰ ਲੱਕੜਾਂ ਵਾਲਾ ਤਾਂ ਉਹ ਚੱਲ ਗਿਆ ਕੰਮ, ਸੇਵਾ ਲੱਗ ਗਈ ਤਾਂ ਤਾਂ ਕਰਕੇ ਛੈਣੀਆਂ ਛੋਟੀਆਂ, ਹੁਣ ਤੱਕ ਬਾਹਰ ਹੀ ਨਾ ਤਾਂ ਕੰਮ ਹੋਈ ਵਧੀਆ ਬਾਈ ਸਿੱਧੂ ਪ੍ਰੀਤ, ਠੀਕ ਆ ਜੀ, ਆਹ ਲੈ ਥੋੜਾ ਖੇਡਦਾ, ਥੋੜਾ ਕਿਉਂ ਨੀ, ਤੂੰ ਨਾਲ ਦੀ ਨਾਲ ਠੋਕਣਾ ਹੁੰਦਾ ਇਹ, ਹੋਰ ਉਹ ਐਡਾ ਵੱਡਾ ਕਣ ਪਿਆ ਰੇਸ਼ਮ ਚੱਕ, ਹੋਰ ਰੇਸ਼ਮ ਕਣ ਚੱਕ, ਕਣ ਚੈਨੀ ਨਾਲ ਹੀ ਟੋਕਰੀ ਜਾਂਦਾ, ਲੈ ਲੈ ਲਾ ਰੇਸ਼ਮ ਇੱਕ ਨਾਲ ਹੀ ਵੜ ਜਾ, ਇੱਕ ਨਾਲ ਹੀ ਹਾਂਜੀ ਹਾਂਜੀ, ਅਤੇ ਇੱਧਰ ਦੂਜੀ ਲੰਗਰ ਦੀ ਸੇਵਾ ਵੀ ਸਾਨੂੰ ਦਿਖਾ ਦਈਏ ਬਾਈ, ਇੱਧਰ ਚੱਲੀ ਜਾਂਦੀ ਆ ਲੰਗਰ ਸੇਵਾ ਸਾਡੀ, ਹਾਂਜੀ ਸਾਡੇ ਸੇਵਾਦਾਰ ਸਾਰੇ ਲੰਗਰ ਵਾਲੇ, ਪਤਾ ਹੀ ਲੱਗੇ ਤੈਨੂੰ ਨਿਕਲ ਤੱਕ ਜਾਂਦੀ ਵਿੱਚ।
ਤੇ ਲੰਗਰ ਦੀ ਸੇਵਾ ਸੰਗ ਜਾਂਦੇ ਆ ਸਾਡੇ ਚਾਚੀਆਂ ਤਾਈਆਂ ਵੀਡੀਓ ਦੇ ਵਿੱਚ ਆਉਂਦੀਆਂ ਨੇ ਉਹਦੇ ਸਾਨੂੰ ਕਿ ਲਿਆਉਂਦੇ ਆ ਸਾਡੇ ਨਾਲ ਫੋਟੋ ਖਿੱਚ ਤਾਂ ਕਰਕੇ ਬਸ ਵਧੀਆ ਗੱਲ ਆ। ਮੌਸਮ ਬਾਈ ਖਰਾਬ ਸੀਗਾ ਹੈ ਨਾ ਸਵੇਰੇ ਸਾਰਾ, ਆਪਾਂ ਬਹੁਤ ਸਫਾਈ ਸੀਗੀ ਸਾਰੇ ਪੰਜਾਬ ਦੇ ਵਿੱਚ ਹੀ, ਮੌਸਮ ਦੀ ਜਿਹੜੀ ਸੀਗੀ ਗੜਬੜੀ ਸੀਗੀ, ਹਵਾ ਵੀ ਤੇਜ਼ ਚੱਲਦੀ ਸੀ ਅਤੇ ਬਾਰਿਸ਼ ਵਾਲਾ ਵੀ ਕੰਮ ਸੀਗਾ। ਹੁਣ ਤਾਂ ਠੀਕ ਆ ਵੈਸੇ, ਧੁੱਪ ਤੱਕ ਨਿਕਲੀ ਆ, ਪਰ ਉਹ ਉੱਪਰ ਦੇਖੋ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਮੌਸਮ ਕਿੰਨਾ ਸਾਫ਼ ਹੋ ਗਿਆ, ਸਾਫ਼ ਹੁਣ ਕਾਹਦਾ ਕਰਕੇ ਹੋਇਆ ਸਾਰਿਆਂ ਨੂੰ ਪਤਾ ਵੀ ਮੌਸਮ ਸਾਫ਼ ਹੋਇਆ, ਜਿਹੜਾ ਫੈਕਟਰੀਆਂ ਬੰਦ, ਸਾਰਾ ਪੋਲਿਊਸ਼ਨ ਬੰਦ। ਅੱਗੇ ਕਿਸਾਨ ਨੂੰ ਦੋਸ਼ ਦਿੰਦੇ ਸੀ ਵੀ ਇਹ ਜਿਹੜਾ ਹੈਗਾ ਪੋਲਿਊਸ਼ਨ ਫੈਲਾਉਂਦੇ ਆ ਜਾਂ ਧੂੰਆਂ ਕਰਦੇ ਆ, ਤਾਂ ਬਈ ਇਹ ਕਿਸਾਨ ਦੀ ਜ਼ਿੰਮੇਵਾਰੀ ਨਹੀਂ ਆ, ਕਿਸਾਨ ਦੇ ਸਿਰ ਨਾ ਮੜਿਆ ਕਰੋ ਇਹ ਦੋਸ਼। ਅਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਮੌਸਮ ਕਿਉਂ ਸਾਫ਼ ਹੋਇਆ ਹੈ ਨਾ, ਕਿਹਨੇ ਪੋਲਿਊਸ਼ਨ ਫੈਲਾਇਆ ਹੋਇਆ ਸੀਗਾ। ਕਦੇ ਦਿਸੇ ਸੀਗੇ ਮਕਲੋਟਗੰਜ ਵਾਲੇ ਪਹਾੜ ਜਲੰਧਰ ਤੋਂ, ਹੁਣ ਕਿਉਂ ਦਿਸਣ ਲੱਗ ਗਏ? ਅਤੇ ਉਹੀ ਆ ਵੀ ਪਹਿਲਾਂ ਵੀ ਆਪਾਂ ਗੱਲ ਕਰੀ ਸੀ ਲਾਈਵ ਸਟਾਰਟ ਹੋਣ ਵੇਲੇ ਵੀ ਜਿਹੜੀ ਕਿਸਾਨ ਦੀ ਅਹਿਮੀਅਤ ਹੁਣ ਸਭ ਨੂੰ ਪਤਾ ਲੱਗ ਗਈ ਹੋਣੀ ਆ, ਕਿਉਂਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਆਹ ਜਿਹੜਾ ਮੁਸ਼ਕਲ ਦੀ ਘੜੀ ਚੱਲੀ ਜਾਂਦੀ ਆ, ਹਰ ਇੱਕ ਚੀਜ਼ ਬਿਨਾਂ ਸਰ ਸਕਦਾ ਪਰ ਕਿਸਾਨ ਦੇ ਅੰਨ ਬਿਨਾਂ ਕਿਸੇ ਨੂੰ ਨਹੀਂ ਸਰਦਾ। ਹਰ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਖਾਣੇ ਦੀ ਅੰਨ ਦੀ ਜ਼ਰੂਰਤ ਆ, ਅਤੇ ਇੱਥੋਂ ਪਤਾ ਹੋਣਾ ਚਾਹੀਦਾ ਵੀ ਕਿਸਾਨ ਦੀ ਅਹਿਮੀਅਤ ਕੀ ਆ। ਤਾਂ ਅੱਜ ਸਾਰਿਆਂ ਤੋਂ ਪਿੱਛੇ ਆ ਜਿਹੜਾ ਇੱਕ ਕਿਸਾਨ ਆ, ਕਿਸਾਨ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ। ਕਈ ਵੀਰ ਕਹਿੰਦੇ ਯਾਰ ਕਿ ਯਾਰ ਜੇ ਮੁੱਲ ਨਹੀਂ ਪੈਂਦਾ ਖੇਤੀ ਛੱਡ ਕਿਉਂ ਨਹੀਂ ਦਿੰਦੇ? ਇੱਥੇ ਸਵਾਲ ਖੜਾ ਹੁੰਦਾ, ਜੇ ਖੇਤੀ ਛੱਡ ਦਿੰਦੇ ਅੱਜ ਦੱਸੋ ਕੀ ਹਾਲਾਤ ਹੋਣੇ ਸੀਗੇ ਹੈ ਨਾ ਆਪਣੇ ਦੇਸ਼ ਦੇ। ਅੰਨ ਦਾ ਬਹੁਤ ਔਖਾ ਬਾਈ, ਉਹ ਬਹੁਤ ਔਖਾ। ਚਲੋ ਠੀਕ ਆ, ਮੰਨਦੇ ਆ ਸਾਰੀ ਚੀਜ਼ ਆ ਜਾਂਦੀ ਹੈ, ਪਰ ਬਾਈ ਜਦੋਂ ਚੱਕੇ ਜਾਮ ਹੋ ਜਾਂਦੇ ਆ ਨਾ ਆਪਣੇ, ਤਾਂ ਇੱਥੇ ਪਿਆ ਸਾਰਾ ਕੁਛ ਸਿਸਟਮ ਚੱਲ ਜਾਂਦਾ ਅਤੇ ਔਖਾ ਬਹੁਤ ਹੋ ਜਾਂਦਾ। ਸਟੋਰਾਂ 'ਚੋਂ ਵੀ ਸਮਾਨ ਮੁੱਕ ਜਾਂਦੇ ਆ ਫਿਰ, ਅਤੇ ਇੱਕ ਸਾਡਾ ਇੱਧਰ ਮਿਸਤਰੀ, ਹਾਂਜੀ ਮਿਸਤਰੀ ਜੀ, ਨਾਲ ਨਾਲ ਇਹ ਵੀ ਜ਼ਰੂਰੀ ਆ ਬਾਈ, ਵਰਕਸ਼ਾਪ ਸਾਡੀ ਚੱਲੀ ਜਾਂਦੀ ਆ। ਕਿੰਨਾ ਕੁ ਰਹਿ ਗਿਆ ਕੰਮ ਹੁਣ? ਬਲੇਡ ਬਦਲੇ ਗਏ ਸਾਰੇ? ਬਲੇਡ ਵੀ ਰਹਿੰਦੇ ਆ, ਚਲੋ ਨਿਬੇੜੋ ਜਿੰਨਾ ਨਿਬੜਦਾ। ਹਾਂਜੀ ਹਾਂਜੀ ਬਾਈ, ਕਰਮਜੀਤ ਮੀਂਹ ਮੀਂਹ ਬਾਈ ਬਚਦਾ, ਅਮਰੀਕ ਮੰਦਰਾ ਦਾ ਰੇਸ਼ਨ ਚਾਹ ਜ਼ਿਆਦਾ ਪੀਤੀ ਲੱਗਦੀ ਹੈ। ਹਾਂਜੀ ਬਾਈ, ਐਡਵੋਕੇਟ ਸੰਦੀਪ ਸਿੰਘ ਸਰਾਂ ਸਲੂਟ ਯੂਅਰ ਸਰਵਿਸ, ਗੁੱਡ ਬਲੈਸ ਯੂ, ਥੈਂਕ ਯੂ ਬਾਈ, ਮਿਹਰਬਾਨੀ, ਧੰਨਵਾਦ। ਸੁਖਪਾਲ ਸਿੰਘ, ਵਧੀਆ ਬਾਈ ਵਧੀਆ, ਕਿਸੇ ਨੂੰ ਦਵਾਈ ਦੀ ਲੋੜ ਹੋਵੇ ਬਰਾਡ ਫੋਜ ਵਧੀਆ ਲੋੜ ਹੋਵੇ ਪੁਲਿਸ ਅਤੇ ਮੈਡੀਕਲ ਤੱਕ ਜਾਣ ਦੀ ਕੋਈ ਲੋੜ ਨਹੀਂ, ਮੈਡੀਸਨ ਤੁਹਾਨੂੰ ਮੈਸੇਜ ਕੀਤਾ ਯਾਰ ਕੋਈ ਮੈਡੀਸਨ। ਠੀਕ ਆ ਬਾਈ, ਠੀਕ ਆ ਬਰਾਡ, ਧੰਨਵਾਦ ਬਾਈ ਫਿਰੋਜ਼ਪੁਰੀ ਆ। ਹਾਂ ਮੈਸੇਜ ਕਰ ਦਿਓ ਬਾਈ ਮੈਨੂੰ ਪਰਸਨਲ, ਹੈ ਨਾ ਜਿਹੜਾ ਵੀ ਹੋਇਆ ਤਾਂ ਆਪਾਂ ਜ਼ਰੂਰ ਇਹਨੂੰ ਸ਼ੇਅਰ ਕਰਾਂਗੇ। ਗੁਰਜੀਤ ਸਿੰਘ, ਬਲਕਰਨ ਸਿੰਘ, ਸ਼ਹਿਰਾਂ 'ਚ ਤਾਂ ਰਾਸ਼ਨ ਇਕੱਠਾ ਕਰਨ ਲੱਗ ਗਏ ਹੋਏ ਆ ਲੋਕ, ਬਹੁਤ ਗਲਤ ਆ। ਬਿਲਕੁਲ ਜੀ ਬਿਲਕੁਲ ਗਲਤ ਹੀ ਆ ਜੀ, ਜਿਹੜਾ ਵੀ ਰਾਸ਼ਨ ਇਕੱਠੇ ਕਰਦੇ ਆ। ਸੁਖਵਿੰਦਰ ਧਾਲੀਵਾਲ ਜੀ, ਮਿਲਾਂਗੇ ਜ਼ਰੂਰ, ਗਿਆਨੇ ਪਿੰਡ ਜਿੱਦੇ ਤਖਤ ਮਲ ਗੇੜਾ ਵੱਜਾ, ਜ਼ਰੂਰ ਜੀ, ਮੋਸਟ ਵੈਲਕਮ ਜੀ, ਆਇਆਂ ਨੂੰ ਜਦੋਂ ਮਰਜ਼ੀ ਆ, ਤੁਹਾਡਾ ਆਪਣਾ ਘਰ ਆ ਬਾਈ। ਜਗਸੀਰ ਜਟਾਣਾ, ਬਾਈ ਜੀ ਤੁਸੀਂ ਰੱਬ ਦਾ ਰੂਪ ਨਹੀਂ ਬਾਈ, ਨਹੀਂ ਰੱਬ ਦਾ ਰੂਪ ਨਹੀਂ, ਅਸੀਂ ਤਾਂ ਜੋ ਸੇਵਾ ਲੱਗ ਗਈ ਹੈ ਨਾ ਤਾਂ ਕਰੀ ਜਾਂਦੇ ਹਾਂ, ਵਾਹਿਗੁਰੂ ਨੇ ਲਾ ਤੀ ਜਿਹੜੀ ਜੈਲੀ ਪਿੰਪਲ, ਬਹੁਤ ਵਧੀਆ ਸੇਵਾ ਵੀਰ ਜੀ ਤੁਹਾਡੀ, ਬਲੈਸ ਯੂ, ਥੈਂਕ ਯੂ ਬਾਈ, ਮਿਹਰਬਾਨੀ। ਗੋਸ਼ੀ ਸ਼ਰਮਾ ਜੀ, ਗੁੱਡ ਜੋਬ ਵੀਰ, ਧੰਨਵਾਦ ਜੀ, ਧੰਨਵਾਦ।
ਕਾਲੇ ਗਰਮੀ ਬਾਹਲੀ ਆ ਹੈ ਨਾ, ਖਲਿਆਰੇ ਵਧ ਅੱਜ ਤਾਂ। ਚਾਹ ਹੋਰ ਪਿਆ ਦਿੰਦਾ ਤੈਨੂੰ ਇੱਕ ਵਾਰੀ, ਉੱਡ ਜਾਊਗੀ ਗੁੱਡ ਵਰਕ ਬਾਈ ਜੀ। ਇਹ ਆ ਜੀ ਮਨਦੀਪ ਦਾ ਭਾਈ ਛੋਟਾ ਢਿੱਲੋਂ ਸਾਹਿਬ, ਛੋਟੇ ਢਿੱਲੋਂ, ਗੁੱਡ ਵਰਕ ਜਸਵੀਰ ਸਿੱਧੂ, ਗੁਰਲਾਲ ਸਿੰਘ, ਬੁੱਲਰ ਬਾਦਸ਼ਾਹ ਬਰਾਡ ਅਰੋੜਾ ਪੈਰਸ। ਗੁੱਡ ਮੋਰਨਿੰਗ ਬਾਈ, ਗੁੱਡ ਮੋਰਨਿੰਗ ਬਾਈ ਜੀ, ਗੁੱਡ ਮੋਰਨਿੰਗ। ਠੀਕ ਆ ਬਾਈ ਜੀ, ਸਤਿ ਸ਼੍ਰੀ ਅਕਾਲ ਫਿਰ ਸਾਰਿਆਂ ਨੂੰ। ਕਰੀਏ ਅਸੀਂ ਵੀ ਹੁਣ ਤਿਆਰੀ, ਲੱਕੜਾਂ ਲੁੱਕੜਾਂ ਪਾਲੀਏ ਅਤੇ ਇਦੂ ਬਾਅਦ ਫਿਰ 4 ਵਜੇ ਲੰਗਰ ਲੈ ਕੇ ਜਾਣਾ, ਫਿਰ ਕਰਾਂਗੇ ਗੱਲਾਂ ਬਾਤਾਂ। ਤਾਂ ਜ਼ਰੂਰ ਬਾਈ, ਬਸ 2-4 ਗੱਲਾਂ 'ਤੇ ਧਿਆਨ ਦਿਓ ਹੈ ਨਾ। ਇੱਕ ਤਾਂ ਬਸ ਆਹੀ ਘਰੇ ਲੋਕਡਾਊਨ ਆ, ਤਾਂ ਲੋਕਡਾਊਨ ਨੂੰ ਲੋਕਡਾਊਨ ਸਮਝੋ, ਜਿਵੇਂ ਪਹਿਲਾਂ ਦੀ ਆਪਾਂ ਗੱਲ ਕੀਤੀ ਆ ਵੀ ਇੱਕ ਮੱਝ ਹੁੰਦੀ ਆ ਹੈ ਨਾ। ਤਾਂ ਚਲੋ ਉਦਾਹਰਨ ਦਾ ਪਹਿਲਾਂ ਬੱਕਰੀ ਡਿਆ ਦੇ ਹੁੰਦੇ ਸੀ ਦੁੱਧ ਦੇਣਾ, ਉਹ ਵੀ ਮਿੰਗਣਾ ਘੋਲ ਕੇ। ਜੇ ਬਾਈ ਆਹਦੇ ਹੁੰਦੇ ਆ 21 ਦਿਨ ਦਾ ਲੋਕਡਾਊਨ ਆ, ਤਾਂ 21 ਦਿਨ ਵਧੀਆ ਤਰੀਕੇ ਨਾਲ ਘਰੇ ਰਹਿ ਲਓ। ਜਿਵੇਂ ਮੱਝ ਚੋਈ ਜਾਂਦੇ ਆ, ਬਜਾਲ ਦੀ ਛੜ ਜੀ ਮਾਰ ਜਾਂਦੀ ਆ, ਤਾਂ ਫਿਰ ਵੱਧ ਜਾਂਦਾ ਕੰਮ ਹੈ ਨਾ। ਅਤੇ ਜੇ ਟਿੱਕੀ ਟਿਕਾਈ ਆਪਾਂ ਚੋ ਲਈਏ, ਤਾਂ ਉਹ ਥੋੜ੍ਹੇ ਸਮੇਂ 'ਚ ਆਪਾਂ ਮਨ ਧਾਰ ਕੱਢ ਸਕਦੇ ਹਾਂ ਨਾ ਉਹਨੂੰ, ਵੀ ਮੰਨ ਕੇ ਚੱਲ 10-20 ਮਿੰਟਾਂ 'ਚ ਮਸਾਂ ਹੈ ਨਾ, 10 ਕੁ ਮਿੰਟਾਂ 'ਚ ਜਿੰਨਾ ਕੁ ਦੁੱਧ ਦੇ ਹਿਸਾਬ ਨਾਲ ਖਾਲੀ ਹੋ ਜੂ। ਪਰ ਜੇ ਛੜਾਂ ਜੀਆਂ ਮਾਰੀ ਗਏ, ਨਾਲੇ ਤਾਂ ਮੱਝ ਖਾਊਗੀ ਡੰਡੇ, ਛਿੱਤਰ ਖਾਊ, ਨਾਲੇ ਫਿਰ ਉਹਨਾਂ ਲੰਮਾ ਜਾਊਗਾ ਕੰਮ, ਫਿਰ ਬਾਹਲਾ ਚਲੌਂਕੀ ਜਾਵਾਂਗੇ। ਉਹੀ ਸਿਸਟਮ ਆ ਬਾਈ, ਨਾਲੇ ਤਾਂ ਆਪਾਂ ਖਾਂਦੇ ਹਾਂ ਛਿੱਤਰ ਬਾਹਰ ਨਿਕਲ ਗਏ, ਨਾਲੇ ਆਪਣੇ ਵਾਸਤੇ ਨੁਕਸਾਨ ਆ ਉਹਦਾ, ਕਿਉਂਕਿ 21 ਦਿਨ ਤੋਂ ਬਾਅਦ ਫਿਰ ਜ਼ਿਆਦਾ ਲੰਬਾ ਲੋਕਡਾਊਨ ਹੋਊਗਾ ਜੇ ਨਾ ਟਿਕੇ ਤਾਂ। ਵੀ ਦੁੱਧ ਦੇਣਾ ਅਤੇ ਮਿੰਗਣਾ ਘੋਲਣ ਵਾਲਾ ਕੰਮ ਨਾ ਕਰੋ, ਵਧੀਆ ਸੇਫ ਤਰੀਕੇ ਨਾਲ ਟਿਕੇ ਰਹੋ, ਉਸ 'ਚ ਆਪਣਾ ਹੀ ਬਾਈ ਭਲਾਈ ਆ। ਅਤੇ ਜੇ ਆਪਾਂ ਹੀ ਐਂ ਰਿੜ ਰਿੜ ਜੇ ਕਰੀ ਗਏ, ਤਾਂ ਉਹ ਚੀਜ਼ 'ਤੇ ਤਾਂ ਫਿਰ ਟਾਈਮ ਲੱਗੂਗਾ ਹੀ, ਜ਼ਿਆਦਾ ਨੁਕਸਾਨ ਆਪਣਾ ਹੀ ਆ ਉਹਦੇ ਵਿੱਚ। ਅਤੇ ਸਾਰਿਆਂ ਨੂੰ ਬੇਨਤੀ ਆ ਬਾਈ, ਆਰਾਮ ਨਾਲ ਘਰੇ ਟਿਕ ਜਾਓ, ਜਿਹੜੀ ਚੀਜ਼ ਬਿਨਾਂ ਸਰਦਾ ਨਹੀਂ, ਜਮਾਂ ਐਮਰਜੈਂਸੀ ਬਾਹਰ ਨਿਕਲੋ, ਨਹੀਂ ਕੋਈ ਫਾਇਦਾ ਨਹੀਂ ਬਾਈ ਐਵੇਂ ਗੇੜੇ ਦੇਣ ਦਾ। ਪੁਲਿਸ ਦੀ ਗੱਡੀ ਆਉਂਦੀ ਆ, ਦੇਖ ਕੇ ਤੁਸੀਂ ਬਾਹਰ ਮਨ ਅੰਦਰ ਨੂੰ ਵੜ ਜਾਂਦੇ ਆ, ਜਦੋਂ ਟੱਪ ਜਾਂਦੀ ਆ ਫਿਰ ਬਾਹਰ ਨੂੰ ਆ ਜਾਂਦੇ ਆ। ਗਲਤ ਆ ਬਾਈ ਆਪਣੇ ਵਾਸਤੇ, ਉਹ ਆਪਣਾ ਹੀ ਨੁਕਸਾਨ ਆ ਉਹ 'ਚ। ਧੰਨਵਾਦ ਜੀ ਸਾਰਿਆਂ ਦਾ, ਓਕੇ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ।